ਓਕੇ ਅੱਜ ਅਸੀਂ ਆਪਣੀ ਕਿਚਨ ਦੇ ਵਿੱਚ ਖੀਰ ਬਣਾਉਣ ਲੱਗੇ ਹਾਂ। ਸਪੈਸ਼ਲਟੀ ਇਸ ਖੀਰ ਦੀ ਇਹ ਆ ਕਿ ਦਿਸ ਇਜ਼ ਅ ਕਸਟਰਡ ਖੀਰ। ਅਸੀਂ ਕਸਟਰਡ ਵਾਲੀ ਖੀਰ ਬਣਾਉਣ ਲੱਗੇ ਹਾਂ। ਆਈ ਥਿੰਕ ਤੁਸੀਂ ਪਹਿਲਾਂ ਕਦੀ ਦੇਖੀ ਨਹੀਂ ਹੋਣੀ। ਸੋ ਆਮ ਗੋਨਾ ਯੂਜ਼ ਅਵਰ ਸ਼ੈਫ ਸ਼ੈਫ ਬਿਲੀ ਸ਼ੈਫ ਖੁਸ਼ੀ। ਓਕੇ ਅਸੀਂ ਡਿਫਰੈਂਟ ਆਈਡੀਆ ਦੇ ਨਾਲ ਇਹ ਕੁਕਿੰਗ ਸੈਸ਼ਨ ਸ਼ੁਰੂ ਕਰਨ ਲੱਗੇ ਹਾਂ। ਮਦਰ ਐਂਡ ਡਾਟਰ, ਸੋ ਨਿਆਣਿਆਂ ਨੂੰ ਕਿੱਦਾਂ ਕੁਕਿੰਗ ਸਿਖਾਈ ਦੀ ਆ ਐਂਡ ਸੇਮ ਟਾਈਮ ਫਨ ਵੇ, ਸੋ ਕਿਡਸ ਵਿਲ ਲਰਨ ਐਵਰੀਥਿੰਗ ਹਾਊ ਟੂ ਕੁੱਕ ਇੰਡੀਅਨ ਮੀਲਸ ਔਰ ਖੀਰ। ਖੀਰ ਬਣਾਉਣ ਲਈ ਸਾਨੂੰ ਮਟੀਰੀਅਲ ਕੀ ਚਾਹੀਦਾ ਆ? ਇੱਕ ਗਲਾਸ ਚੌਲਾਂ ਦਾ, ਜਿੰਨੇ ਵੀ ਚੌਲ ਅਸੀਂ ਲੈਣੇ ਆ। ਡਬਲ ਦੁੱਧ ਚਾਹੀਦਾ ਆ ਸਾਨੂੰ। ਵੀ ਗੋਨਾ ਯੂਜ਼ 4 ਸਪੂਨ ਆਫ ਸ਼ੂਗਰ, 4 ਚਮਚੇ ਸ਼ੂਗਰ ਦੇ, ਤੁਸੀਂ ਆਪਣੀ ਲੋੜ ਦੇ ਮੁਤਾਬਕ ਪਾ ਸਕਦੇ ਆ। ਗਾਰਨਿਸ਼ ਕਰਨ ਲਈ ਬਦਾਮ ਅਤੇ ਕਸਟਰਡ, ਬਾਲ ਆਫ ਕਸਟਰਡ। ਫੋਰ ਲਿਟਲ ਵਨ ਸੇਮ ਮੈਥਡ, ਬਦਾਮ ਗਾਰਨਿਸ਼ ਕਰਨ ਲਈ, ਛੋਟਾ ਗਲਾਸ ਚੌਲਾਂ ਦਾ, ਦੈਨ ਸੇਮ ਡਬਲ ਮਿਲਕ ਜਿੰਨੇ ਵੀ ਚੌਲ ਪਾਉਣੇ ਆ, ਕਸਟਰਡ ਅਤੇ ਸ਼ੂਗਰ। ਸੋ ਤੁਸੀਂ ਆਪਣੇ ਮੁਤਾਬਕ ਟੇਸਟ ਦੇ ਹਿਸਾਬ ਨਾਲ ਸ਼ੂਗਰ ਪਾ ਸਕਦੇ ਹੋ। ਸੋ ਨਾ ਹੁਣ ਬਿੱਲੀ ਤੁਹਾਨੂੰ ਦੱਸੂਗੀ ਕਿ ਕਿੱਦਾਂ ਸਟਾਰਟ ਕਰਨੀ ਹੈ ਖੀਰ ਬਣਾਉਣੀ। ਪਹਿਲਾਂ ਅਸੀਂ ਗੈਸ ਔਨ ਕਰਾਂਗੇ। ਸੋ ਅਸੀਂ ਗੈਸ ਔਨ ਕਰ ਲਿਆ, ਮੀਡੀਅਮ ਤੇ ਰੱਖਣਾ ਹੈ। ਅਸੀਂ ਇਹਦੇ ਵਿੱਚ ਦੁੱਧ ਪੋਰ ਕਰਾਂਗੇ, ਦੁੱਧ ਪਾਵਾਂਗੇ, ਸੋ ਜਿੰਨੇ ਪਹਿਲਾਂ ਸਾਰਿਆਂ ਨੂੰ ਪਹਿਲਾਂ ਆਪਾਂ ਦੁੱਧ ਪਾਉਣਾ। ਖੁਸ਼ੀ ਮੈਨੂੰ ਕਾਪੀ ਕਰੂਗੀ, ਜਿੰਨਾ ਵੀ ਦੁੱਧ ਮੈਂ ਪਾਉਣਾ ਉਹ ਤੋਂ ਡਬਲ ਰਾਈਸ ਤੇ। ਓਕੇ ਸੋ ਓਨਾ ਹੀ ਸੇਮ ਮਿਲਕ ਪਰ ਅਕੋਰਡਿੰਗ ਟੂ ਦ ਰਾਈਸ ਕੁਆਂਟਿਟੀ। ਪਹਿਲਾਂ ਅਸੀਂ ਇਹਨੂੰ ਥੋੜ੍ਹੀ ਦੇਰ ਗਰਮ ਕਰਾਂਗੇ ਉਬਾਲ ਆਉਣ ਤੱਕ। ਉੱਧਰ ਅਸੀਂ ਜਿਹੜੇ ਰਾਈਸ ਆ ਥੋੜ੍ਹੇ ਜਿਹੇ ਪਾਣੀ 'ਚ ਭਿਗੋ ਕੇ ਰੱਖੇ ਹੋਏ ਆ ਪਹਿਲਾਂ ਹੀ। ਜਦੋਂ ਦੁੱਧ ਗਰਮ ਹੋ ਜਾਏਗਾ ਤਾਂ ਅਸੀਂ ਫਿਰ ਇਹਦੇ ਵਿੱਚ ਰਾਈਸ ਪਾਵਾਂਗੇ। ਸੋ ਤੁਸੀਂ ਦੁੱਧ ਨੂੰ ਉਬਾਲ ਆਉਣ ਤੱਕ ਵੇਟ ਕਰਨੀ ਹੈ। ਜਦੋਂ ਦੁੱਧ ਦਾ ਉਬਾਲ ਆਇਆ ਦੈਨ ਵੀ ਵਿਲ ਸ਼ੋ ਯੂ ਦ ਨੈਕਸਟ ਸਟੈਪਸ। ਹੁਣ ਦੁੱਧ ਨੂੰ ਉਬਾਲ ਆ ਗਿਆ, ਸੋ ਅਸੀਂ ਹੁਣ ਰਾਈਸ ਪਾਉਣ ਲਈ ਤਿਆਰ ਹਾਂ। ਰਾਈਸ ਆਲਰੇਡੀ ਸੋਕ ਕੀਤੇ ਹੋਏ ਆ ਪਾਣੀ ਦੇ ਵਿੱਚ। ਕਿੰਨਾ ਚਿਰ ਸੋਕ ਕਰਨੇ ਆ ਰਾਈਸ? ਜਸਟ 5 to 10 minutes। ਓਕੇ so you can have your kids same time following you your commands, but make sure you separate all the ingredients in kids. So 2 ya 3 minute tusi chawlan de vich is tak karchi feri jani hai, then sugar pauni hai. So assi ide vich 4 spoon sugar paun lagi hai, par tusi apne taste de anusar vi pa sakde ho, koi ghat khanda hai to koi zyada. And khushi watch me as well the same. So Khushi is doing half of what mom doing, so she put 2 tablespoons of sugar in there. Because ਇਹਦੇ ਵਿੱਚ ਕਸਟਰਡ ਵੀ ਪੈਣਾ ਹੈ ਤੇ ਫਿਰ ਮੋਰ ਸ਼ੂਗਰ ਵੀ ਹੋ ਸਕਦਾ ਹੈ। ਕਸਟਰਡ ਤੁਸੀਂ ਬਾਅਦ ਵਿੱਚ ਪਾਉਣਾ, ਹਲੇ ਪਹਿਲਾਂ ਆਪਾਂ ਸਿਰਫ ਦੁੱਧ ਐਡ ਕੀਤਾ, ਦੁੱਧ ਵਿੱਚ ਚੌਲ ਐਡ ਕੀਤੇ ਆ ਤੇ ਦੈਨ ਸ਼ੂਗਰ ਐਡ ਕੀਤੀ ਆ। ਤੇ ਹੁਣ ਅਸੀਂ 15 ਟੂ 20 ਮਿੰਟਸ ਵੇਟ ਕਰਾਂਗੇ ਤੇ ਇਹਦੇ ਬੋਇਲ ਹੋਣ ਤੱਕ। ਜਦੋਂ ਥੋੜਾ ਹਾਫ ਕੁੱਕ ਹੋ ਜਾਊਗਾ ਤਾਂ ਫਿਰ ਅਸੀਂ ਇਹਦੇ ਵਿੱਚ ਕਸਟਰਡ ਐਡ ਕਰਾਂਗੇ। Now we're going to wait for 15-20 minutes. Make sure we're not covering the dishes and at the same time we keep moving the rice. So make sure
ਬਸ ਕੜਛੀ ਘੁਮਾਇੰਗ ਐਂਡ ਘੁਮਾਇੰਗ ਐਂਡ ਘੁਮਾਇੰਗ ਫੋਰ ਐਵਰੀ 2-3 ਮਿੰਟਸ ਸੋ ਮੇਕ ਸ਼ੋਰ ਦੁੱਧ ਇਜ਼ ਨੋਟ ਬੋਇਲਿੰਗ ਇਟ ਆਊਟ ਦਿਸ ਇਜ਼ ਅਵਰ ਲਿਟਲ ਗਰਲ ਆਰ ਯੂ ਇੰਜੋਇੰਗ ਦ ਕੁਕਿੰਗ ਖੁਸ਼ੀ ਯਾ ਯੂ ਆਲਵੇਜ਼ ਲਵ ਕੁਕਿੰਗ ਡੋਂਟ ਯੂ ਐਨੀਵੇ ਵਿਦ ਮਮ ਯਾ ਗੁੱਡ ਸੋ ਨਾਓ ਯੂ ਗੋਨਾ ਗੈਟ ਟੂ ਲਰਨ ਨਿਊ ਡਿਸ਼ਿਜ਼ ਆਲ ਦਾ ਟਾਈਮ ਨਵੀਆਂ ਨਵੀਆਂ ਡਿਸ਼ਿਜ਼ ਨਿਆਣੇ ਵੀ ਸਿੱਖੂਗੇ ਨਾਲੇ ਫਨ ਨਾਲੇ ਨਿਆਣਿਆਂ ਨਾਲ ਕੰਪਨੀ ਨਾਲੇ ਨਿਆਣੇ ਬਿਜ਼ੀ ਗੇਮਾਂ ਤੋਂ ਪਰੇ ਕੰਪਿਊਟਰਾਂ ਤੋਂ ਪਰੇ ਸਕਰੀਨਾਂ ਤੋਂ ਪਰੇ ਡੂਇੰਗ ਸਮਥਿੰਗ ਪ੍ਰੋਡਕਟਿਵ ਜਿੱਦਾਂ ਕਿ ਤੁਸੀਂ ਦੇਖ ਰਹੇ ਆ ਦੁੱਧ ਉੱਬਲ ਰਿਹਾ ਆ ਸੋ ਯੂ ਹੈਵ ਟੂ ਕੰਟੀਨਿਊ ਕੜਛੀ ਘੁਮਾਇੰਗ ਐਂਡ ਘੁਮਾਇੰਗ ਐਂਡ ਘੁਮਾਇੰਗ ਅੰਟਿਲ ਯੂ ਗੈਟ ਡੀਸੈਂਟ ਲੁੱਕ ਦੇਖਣਾ ਖੁਸ਼ੀ ਦੀ ਫਕੀਰ ਬੈਸਟ ਬਣਦੀ ਕਿ ਮੰਮੀ ਦੀ ਖੀਰ ਬੈਸਟ ਬਣਦੀ ਇਟਸ ਅ ਕੰਪੀਟੀਸ਼ਨ ਮਮ ਐਂਡ ਡਾਟਰਸ ਕੰਪੀਟੀਸ਼ਨ ਟੁਡੇ ਯਾ ਆਮ ਸੋ ਇਚੀ ਨਾਓ ਵੀ ਕੈਨ ਆਮ ਗੋਇੰ ਟੂ ਟੈਸਟਿੰਗ ਆਲ ਦਾ ਡਿਸ਼ਿਸ ਐਟ ਦਾ ਐਂਡ ਸੋ ਆਈ ਵਿਲ ਗੈਟ ਟੂ ਈਟ ਐਵਰੀਥਿੰਗ ਐਂਡ ਮਾਈ ਸਿਸਟਰ ਐਂਡ ਯੂਰ ਸਿਸਟਰ ਓਕੇ ਯਾ ਵੀ ਲੈਟ ਹਰ ਟੇਸਟ ਐਸ ਵੈਲ ਸੋ ਵੀ ਗੋਇੰ ਟੂ give them the score points at the end who's got the best cooking now is the time to add some custard so hon jado chawl ready ho gaye ubal ke around 10 to 15 minute ta tusi fir ode vich custard pauna hai to make sure ball of custard and then khushi will use it half of the custard because she is using everything half so hun dekho ki tusi itha color thoda ja yellowish hunda veya custard type color make sure jadon tusi custard pauna hai kadchi nu changi tarah ghumona ta ki sara custard akhir de vich mix ho jave yeah hun inu banan layi 5 to 10 minutes lagunga yeah it's got yellow a little bit more of it ਹੁਣ ਤੁਸੀਂ ਦੇਖੋ ਖੀਰ ਰੈਡੀ ਆ ਬੋਥ ਆਫ ਦੈਮ ਐਕਚੁਅਲੀ ਪਰਫੈਕਟਲੀ ਯੂ ਕੈਨ ਸੀ ਲੁਕਸ ਕ੍ਰੀਮੀ ਐਗਜ਼ੈਕਟਲੀ ਸੇਮ ਹੇਅਰ ਐਸ ਵੈਲ ਯਾ ਬਿਗ ਪਤੀਲਾ ਐਂਡ ਸਮਾਲ ਪਤੀਲਾ ਮਮੀ ਸਾਈਜ਼ ਐਂਡ ਖੁਸ਼ੀ ਸਾਈਜ਼ ਯਾ ਮਮੀ ਸਾਈਜ਼ ਐਂਡ ਖੁਸ਼ੀ ਸਾਈਜ਼ ਖੁਸ਼ੀ ਸਾਈਜ਼ ਯੇ ਸਵੈਟੀ ਓ ਡੀਅਰ ਦਿਸ ਲਿਟਲ ਗਰਲ ਇਜ਼ ਸਵੈਟੀ ਨਾਓ ਸੀ Sweat means you're working hard. Yeah. Yeah. So now it's all ready. So tusi gas nu band kar dena. And now we all ready to eat. Not to eat actually we need to decorate it as well. So we need to garnish. And there's another thing as well. We're only going to use almonds to garnish because it's a creamy kheer. So asi har ek cheez jehdi add karni hai make sure it just stays creamy. So badam the best ones. So and this is our little dog. Yeah. So now see. Tanu garnish karne di lod nahi pure full bani hoyi kheer nu just put in a bowl and then garnish it. So you can see it all looks awesome. I'm ready to eat this one. Now is this little one. Let's see her decoration. Oh, she got style actually. She is a chef style cook. Look at that. Wow. That looks awesome, Kushi.
I'm gonna see who's better cook, mom or daughter. So I am the judge today, and we got a little sister, Khushi, and she gonna taste it as well. And we got a little Reed, she might taste as well. She don't like kheer anyway, but she might do for a video. She is a YouTube star, so we don't know. This is all ready to go in the stomach. We're going to taste the kheer today. It only took us 20 minutes average to prepare the kheer. So this is our hungry beast. Her name is Angie. She can't wait for her food. So she's our judge today. She's gonna judge whose kheer is better. Mom's kheer is better or her sister's kheer is better. But she don't know which bowl is whose. So it's a bit suspense for her. So she's going to taste it now. Let's see. It's too hot. You had to give a few minutes to cool it down. It's a bit cool down now. So Khush, Angie, you're gonna try it now, yeah? Which one is the worst one? Because it's more sweeter. Wow. So who got, whose ball is this? It's Khushi's. Oh yeah. Oh. Yay! Khushi is the winner from today's cooking. Hip hip! Hooray! Hooray.